पंजाबी फिल्मों के मशहूर इंडियन स्टार एमी विरक की नासर चनियोटी और इफ्तिखार ठाकर के साथ नई फिल्म अन्नी दिया मजाक है की प्रमोशन के लिए दुबई आए तो उनसे नई फिल्म के हवाले से जबरदस्त गुफ्तगु हुई। सीधी जी गल है, नासर भाई का डायलॉग सी सारे पास मशहूर सी ते उत्थों फिर आइडिया ब्रेक होया, हौली हौली लिखा गया, एग्जीक्यूट होया, हमेशा हंसते खेडते हंसते वसते रहन ते सोहणियां फिल्मां बनदियां रहन। अस्सलाम वालेकुम नाज़रीन, मेहमान उर्दू पॉइंट के साथ मैं हूं इजाज़ अहमद गुंदल और आज की मेरे में जो मेहमान है बहुत ही स्पेशल है और ये इंटरव्यू पंजाबी में होने वाला है क्योंकि पंजाबी फिल्म इंडस्ट्री के सुपरस्टार हैं, सिंगर हैं, एक्टर हैं, मैं बात कर रहा हूं एमी विरक की। भाजी सत श्री अकाल। सत श्री अकाल जी। सलाम अलैकुम। अन्नी दिया मजाक है जी, सर किस तरह आइडिया आया और किस तरह तुम्हें इसे जड़ा ना एग्जीक्यूट किया और इसके बारे में फिल्म के बारे में थोड़ा दसो तुम जी। फिल्म साड़ी अन्नी दिया मजाक है रिलीज हो गई है वर्ल्ड वाइड आइडिया तो भाई सीधी जी गल है, नासर भाई का डायलॉग सी सारे पास मशहूर सी ते असी जो पिछली फिल्म आ जाए मैक्सीको चली कर रहे थे इंग्लैंड ही शूट किया डोंकी ला के इमीग्रेंट्स ने जो अमेरिका जाते हैं सो असी उदों ही मतलब डिस्कस किया आइडिया क्योंकि साडे राइटर डायरेक्टर साहब जो राकेश धवन भाजी ने उन्होंने वो फिल्म बनाई थी उन्होंने ये बनाई है तो असी ड्यूरिंग असं आइडिया मतलब ला लिया सीगा भी नासर भाजी को लैके आप एक फिल्म बनाई है तो टाइटल नहीं अजे उदों से सिलेक्ट किया बट इदा जिम्मे नासर भाजी ब्लाइंड करैक्टर प्ले करते हैं तो मशहूर भी बहुत ने उन्होंने ऑलरेडी मतलब पाकिस्तान के स्टेजिज उत्ते शोज के उत्ते बहुत ज़्यादा मतलब इस चीज़ नाल जिहड़ी वो एक अहमियत खट्टी है उत्थे राइट। सो सेम ही सीगा भी नासर भाजी नूं नाल लैके ये फिल्म बनाई जाए तो उत्थों फिर आइडिया ब्रेक होया, हौली हौली लिखा गया, एग्जीक्यूट होया तो अज रिलीज़ हुई है जी। फिल्म मैक्सीको चली है कुछ पैगाम से एक सॉलिड मैसेज दिता गया पूरी दुनिया स्पैशली ਜਿਹੜੇ ਇਲੀਗਲ ਇਮੀਗ੍ਰੈਂਟ ਤੇ ਇਹ ਇੰਨੀ ਦੀਆਂ ਮਜ਼ਾਕ ਹੈ ਟੋਟਲ ਕਾਮੇਡੀ ਹੈ ਇਮੋਸ਼ਨਸ ਵੀ ਕੀ ਰੋਮਾਂਟਿਕ ਵੀ ਹੈਗੇ ਆ ਜੀ ਜੇ ਤੁਸੀਂ ਇਮੋਸ਼ਨਸ ਫੀਲ ਕਰੋਗੇ ਇਮੋਸ਼ਨਸ ਵੀ ਹੈਗੇ ਆ ਜੀ ਤੇ ਹਾਸਾ ਆਊਟ ਐਂਡ ਆਊਟ ਕਾਮੇਡੀ ਹੈ ਕਿਉਂਕਿ ਬੇਸਿਕਲੀ ਭਾਜੀ ਐਂਟਰਟੇਨਮੈਂਟ ਆ ਹਨਾ ਤੇ ਮਤਲਬ ਇੰਨੀ ਸਟ੍ਰੈਸ ਹੁੰਦੀ ਹੈ ਅੱਜ ਕੱਲ੍ਹ ਕੰਮ ਦੀ ਸਾਨੂੰ ਹੋ ਜਾਂਦੀ ਹੈ ਨਾਲੇ ਆਪ ਹਾਸੇ ਵਾਲਾ ਕੰਮ ਕਰਦੇ ਹਾਂ 24 ਘੰਟੇ ਤੇ ਉਹ ਬੰਦੇ ਨੂੰ ਐਂ ਹੁੰਦਾ ਵੀ 2-2.5 ਘੰਟੇ ਹਫ਼ਤੇ 10 ਦਿਨਾਂ ਬਾਅਦ ਇੱਕ ਦੀ ਕੋਈ ਫਿਲਮ ਵੇਖੀ ਜਾਵੇ ਤੇ ਬੰਦਾ ਸਟ੍ਰੈਸ ਫਰੀ ਹੋ ਜਾਂਦਾ ਹੈ। ਸਟ੍ਰੈਸ ਬਸਟਰ ਆ ਸਾਡੀ ਜਿਹੜੀ ਇਹ ਫਿਲਮ ਹੈ, ਹਾਂ ਮਤਲਬ ਵੀ ਹੋ ਸਕਦੇ ਆ ਮੈਸੇਜ ਵੀ ਹੋ ਸਕਦੇ ਆ ਡਿਪੈਂਡ ਕਰਦਾ ਆਪਾਂ ਕੀ ਖੱਟ ਕੇ ਆਉਣਾ ਫਿਲਮ 'ਚ। ਨਾਸਰ ਚਨਿਓਟੀ ਨਾਲ ਤੁਹਾਡਾ ਅੱਗੇ ਵੀ ਐਕਸਪੀਰੀਅੰਸ ਹੈ, ਇਫਤਿਖਾਰ ਠੱਕਰ ਪਹਿਲੀ ਦਫ਼ਾ ਤੁਹਾਡੇ ਨਾਲ ਕੰਮ ਕਰ ਰਹੇ ਨੇ, ਕਿਸ ਤਰ੍ਹਾਂ ਦਾ ਕੈਮਿਸਟਰੀ ਸੀ ਉਹਨਾਂ ਨਾਲ ਔਰ ਸ਼ੂਟਿੰਗ ਦੇ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਸੀ? ਜੀ ਠੱਕਰ ਸਾਹਿਬ ਨੂੰ ਪਹਿਲਾਂ ਮੈਂ ਮਿਲਿਆ ਜੀ ਜਦੋਂ ਚੱਲ ਮੇਰਾ ਪੁੱਤ ਦਾ ਸ਼ੂਟ ਚੱਲਦਾ ਸੀ ਉਦੋਂ ਮਿਲਿਆ ਮੈਂ, ਬਸ ਕੰਮ ਪਹਿਲੀ ਵਾਰੀ ਕੀਤਾ ਸੀ ਅਤੇ ਮਤਲਬ ਫੀਲ ਨਹੀਂ ਹੋਇਆ ਵੀ ਅਸੀਂ ਪਹਿਲੀ ਵਾਰੀ ਕੰਮ ਕਰ ਰਹੇ ਹਾਂ ਅਤੇ ਇੱਦਾਂ ਲੱਗਦਾ ਵੀ ਕਿਤੇ ਬੜੇ ਚਿਰ ਤੋਂ ਅਸੀਂ ਇਕੱਠੇ ਕੰਮ ਕਰਦੇ ਆਉਂਦੇ ਹਾਂ ਕਿਉਂਕਿ ਬਹੁਤ ਹੀ ਬਾਕਮਾਲ ਇਨਸਾਨ ਨੇ ਜੀ, ਮਤਲਬ ਜਿਹੜੇ ਨੇਕ ਦਿਲ ਹੁੰਦੇ ਬੰਦੇ ਜੀ ਉਹ ਚੰਗਾ ਕੰਮ ਹੀ ਕਰਦੇ ਆ। ਹੁਣ ਉਹ ਪਾਕਿਸਤਾਨ ਦੇ ਵਿੱਚ ਇੰਨੀਆਂ ਵਧੀਆ ਜਿਹੜੀਆਂ ਐਨ ਜੀ ਓਜ਼ ਰਨ ਕਰ ਰਹੇ ਆ, ਉੱਥੇ ਛੋਟੇ ਬੱਚਿਆਂ ਦੀ ਹੈਲਪ ਕਰ ਰਹੇ ਨੇ, ਨਾਸਰ ਭਾਜੀ ਵੀ ਦਿਲਦਾਰ ਬੰਦੇ ਆ, ਮਤਲਬ ਦਲੇਰ ਬੰਦੇ ਆ, ਖਾਣ ਜਿਹਨਾਂ ਨੂੰ ਕਹਿ ਸਕਦੇ ਹਾਂ ਯਾਰਾਂ ਦੇ ਯਾਰ ਨੇ, ਸੋ ਬਹੁਤ ਚੰਗਾ ਲੱਗਦਾ ਜੀ ਉਹਨਾਂ ਨਾਲ ਕੰਮ ਕਰਕੇ ਹਮੇਸ਼ਾ। ਔਰ ਕੋਈ ਯਾਦਗਾਰ ਮੂਮੈਂਟ ਜਾਂ ਕੋਈ ਐਸਾ ਸਾਰੀ ਫਿਲਮ ਸ਼ੂਟਿੰਗ ਦੇ ਦੌਰਾਨ 24/7 ਭਾਜੀ ਹਾਸਾ ਸੀਗਾ ਜੀ, ਅਸੀਂ ਆਪ ਨਹੀਂ ਹਾਸਾ ਕੰਟਰੋਲ ਕਰ ਪਾਏ। ਹੁਣ ਤੁਸੀਂ ਫਿਲਮ ਦੇਖਣੀ ਹੈ, ਇਸ ਤੋਂ ਬਾਅਦ 'ਚ ਤੁਸੀਂ ਉਹ ਚੀਜ਼ ਮਹਿਸੂਸ ਕਰ ਸਕਦੇ ਹੋ ਵੀ ਮੈਂ ਤੁਹਾਨੂੰ ਸੱਚ ਬੋਲ ਰਿਹਾ। ਥਰੂ ਆਊਟ ਆਊਟ ਐਂਡ ਆਊਟ ਹਾਸਾ ਸੀਗਾ, ਹੀਰੋਇਨ ਸਾਡੀ ਨਵੀਂ ਸੀਗੀ ਉਹ ਤਾਂ ਵਿਚਾਰੀ ਹਾਸਾ ਸਕੇ ਜਮਾਂ ਲੋਟ ਪਾਉਂਦੇ, ਮਤਲਬ ਮਿਲੀ ਵੀ ਨਹੀਂ ਸੀ ਨਾਸਰ ਭਾਜੀ ਉਹਨਾਂ ਨੂੰ ਪਹਿਲਾਂ, ਉਹ ਜਦੋਂ ਉੱਦਾਂ ਦੀਆਂ ਅੱਖਾਂ ਬਣਾਉਂਦੇ ਸੀਗੇ ਅਤੇ ਕੋਈ ਨਾ ਕੋਈ ਡਾਇਲੋਗ ਬੋਲਦੇ ਸੀ ਅਤੇ ਉਹ ਹੱਸ ਪੈਂਦੀ। ਸੋ ਮੁਸ਼ਕਲਾਂ ਤਾਂ ਵੀ ਆਈਆਂ ਨੇ ਇਹਨਾਂ ਚੀਜ਼ਾਂ ਕਰਕੇ, ਜ਼ਿਆਦਾ ਹਾਸੇ ਕਰਕੇ, ਬਟ ਚਲੋ ਇਹ ਹੈ ਵੀ ਅਸੀਂ ਆਪਦੀ ਫਿਲਮ ਬਣਾਈ ਹੈ, ਸਟ੍ਰੈਸ ਬਸਟਰ, ਲੋਕਾਂ ਨੂੰ ਹਸਾਉਣਾ ਹੈ ਅਤੇ ਲੋਕਾਂ ਨੂੰ ਹਸਾਉਣਾ ਬਹੁਤ ਡਿਫੀਕਲਟ ਚੀਜ਼ ਹੁੰਦੀ ਹੈ ਜੀ, ਇੱਕ ਬਹੁਤ ਨੇਕ ਕੰਮ ਹੈ ਅਤੇ ਅਸੀਂ ਉਸ ਚੀਜ਼ ਦਾ ਹਿੱਸਾ ਬਣਿਆ ਅਤੇ ਸਾਨੂੰ ਪ੍ਰਾਊਡ ਫੀਲ ਹੁੰਦਾ। ਤੁਹਾਡਾ ਜਿਸ ਤਰ੍ਹਾਂ ਪਹਿਲਾਂ ਪਰੀ ਦੀ ਮੂਵੀ ਵੀ ਪਹਿਲੀ ਸੀ, ਉਹਦੇ ਡੈਬਿਊ ਮੂਵੀ ਸੀ, ਕਿਸ ਤਰ੍ਹਾਂ ਦੀ ਤੁਹਾਡੀ ਕੈਮਿਸਟਰੀ ਰਹੀ ਐਜ਼ ਅ ਹੀਰੋਇਨ ਉਹਨਾਂ ਦੇ ਨਾਲ? ਬੜਾ ਵਧੀਆ ਕੰਮ ਕੀਤਾ ਜੀ ਫਿਲਮ ਦੇ ਵਿੱਚ, ਅਸੀਂ ਸਿਲੈਕਟ ਵੀ 2 ਦਿਨ ਪਹਿਲਾਂ ਹੀ ਕੀਤੇ ਸੀ, ਪਹਿਲਾਂ ਕਿਸੇ ਹੋਰ ਨੇ, ਹਾਂ ਪਹਿਲਾਂ ਕਿਸੇ ਹੋਰ ਨੇ ਫਿਲਮ ਕਰਨੀ ਸੀਗੀ ਜੀ, ਉਹ ਲਾਸਟ ਟਾਈਮ ਚਲੋ ਡੇਟਸ ਦਾ ਥੋੜ੍ਹਾ ਜਿਹਾ ਮਤਲਬ ਪ੍ਰੋਬਲਮ ਆਈ, ਥੋੜ੍ਹੀ ਜਿਹੀ ਫਿਲਮ ਸਾਡੀ ਡਿਲੇ ਹੋ ਗਈ 10-12 ਦਿਨ ਅਤੇ ਡੇਟਾਂ ਦਾ ਚੱਕਰ ਪੈ ਗਿਆ। ਫਿਰ ਅਸੀਂ ਬੰਟੀ ਭਾਜੀ ਨੇ ਜਿਹਨਾਂ ਨਾਲ ਸਾਈਨ ਨੇ ਭਰੀ ਅਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਵੀ ਸਾਨੂੰ ਯਾਰ ਹੀਰੋਇਨ ਚਾਹੀਦੀ ਹੈ ਵੀਰ ਬਣ ਕੇ ਇਹਨੂੰ ਭੇਜੋ, ਅਤੇ ਫਿਰ ਉਹ ਰਾਈਟ ਅਵੇ ਇੱਕ ਅੱਧੇ ਦਿਨ 'ਚ ਵੀਜ਼ਾ ਲਵਾ ਕੇ ਨਾਲ ਦੀ ਨਾਲ ਅਸੀਂ ਇੰਗਲੈਂਡ ਬੁਲਾਇਆ ਉਹਨਾਂ ਨੂੰ ਅਤੇ ਫਿਲਮ ਸ਼ੁਰੂ ਕੀਤੀ। ਔਰ ਭਾਜੀ ਬਲਾਈਂਡ ਦਾ ਤੁਸੀਂ ਕਿਰਦਾਰ ਨਿਭਾਇਆ, ਇੰਨਾ ਮੁਸ਼ਕਿਲ ਸੀ ਜਾਂ ਈਜ਼ੀਲੀ ਤੁਸੀਂ? ਨਹੀਂ ਮੇਰੇ ਲਈ, ਮੈਂ ਵੀ ਝੂਠ ਮਾਰਾਂ ਭਾਜੀ, ਸੌਖਾ ਹੀ ਰਿਹਾ ਸੱਚ, ਕੋਈ ਬਹੁਤ ਜ਼ਿਆਦਾ ਡਿਫੀਕਲਟੀਜ਼ ਨਹੀਂ ਆਈਆਂ, ਮਤਲਬ ਮੈਨੂੰ ਬਹੁਤ ਜ਼ਿਆਦਾ ਐਫਰਟਸ ਨਹੀਂ ਕਰਨੇ ਪਏ। ਔਰ ਭਾਜੀ ਹੁਣ ਤਾਂ ਪੰਜਾਬੀ ਮੂਵੀਆਂ ਪਾਕਿਸਤਾਨ 'ਚ ਵੀ ਲੱਗ ਰਹੀਆਂ, ਇੱਧਰ ਲੱਗ ਰਹੀਆਂ, ਅਤੇ ਕਿਸ ਤਰ੍ਹਾਂ ਵੇਖ ਰਹੇ ਹੋ ਪੰਜਾਬੀ ਜਿਹੜੇ ਆਡੀਅੰਸ ਨੇ, ਪੰਜਾਬੀ ਜਿਹੜੇ ਫੈਨਸ ਨੇ ਪੰਜਾਬੀ ਫਿਲਮ ਇੰਡਸਟਰੀ ਦੋਨੋਂ ਤਰਫੋਂ? ਹਾਂਜੀ, ਹੁਣ ਅਸੀਂ ਪਾਕਿਸਤਾਨ ਦੇ ਵਿੱਚ 5 ਤਰੀਕ ਨੂੰ ਲਾਉਣੀ ਹੈ, ਬਿਕੋਜ਼ ਈਦ 'ਤੇ ਫਿਲਮ ਆਲਰੇਡੀ ਬਹੁਤ ਸੀ ਪਾਕਿਸਤਾਨ, ਆਲਰੇਡੀ 5-6 ਫਿਲਮਾਂ ਰਿਲੀਜ਼ ਹੋ ਰਹੀਆਂ ਸੀ, ਫਿਰ ਉਹ ਥੀਏਟਰਸ ਜਿੰਨੇ ਕੁ ਥੀਏਟਰਸ ਨੇ ਉਹ ਆਲਰੇਡੀ ਫੁੱਲ ਸੀਗੇ ਉਹਨਾਂ ਦੀਆਂ ਸਕਰੀਨਸ ਨਾਲ, ਅਤੇ ਅਸੀਂ 2 ਵੀਕ ਬਾਅਦ ਜਦੋਂ ਆਲਰੇਡੀ 2 ਜਿਹੜੀਆਂ 5 ਫਿਲਮਾਂ ਨੇ ਉਹ ਰਿਲੀਜ਼ ਹੋ ਜਾਣਗੀਆਂ, ਆਪਦਾ ਹਿੱਟ ਸੁਪਰ ਹਿੱਟ ਜਿਹਨੇ ਵਰਕ ਕਰਨਾ ਉਹ ਫਿਲਮ ਵਰਕ ਕਰ ਜੂਗੀ, ਅਤੇ ਫਿਰ ਉਸ ਤੋਂ ਬਾਅਦ ਅਸੀਂ 5 ਤਰੀਕ ਨੂੰ ਇਹ ਫਿਲਮ ਪਾਕਿਸਤਾਨ 'ਚ ਰਿਲੀਜ਼ ਕਰਾਂਗੇ। ਜੀ, ਫਿਊਚਰ 'ਚ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੱਥੇ ਵੇਖ ਰਹੇ? ਦੋਨੋਂ ਤਰਫਾਂ ਦੇ ਆਰਟਿਸਟ ਮਿਲ ਕੇ ਕੰਮ ਕਰ ਰਹੇ ਨੇ, ਮਾਸ਼ਾਅੱਲਾ ਬੜਾ ਅੱਛਾ ਲੋਕ ਪਸੰਦ ਕਰ ਰਹੇ ਹੋ, ਫਿਊਚਰ 'ਚ ਦੇਖ ਰਹੇ ਹੋ ਕਿ ਇੰਡੀਆ ਪੰਜਾਬ ਪਾਕਿਸਤਾਨ ਪੰਜਾਬ 'ਚ ਵੀ ਇਹ ਫਿਲਮਾਂ ਬਣਨ? 101% ਬਣ ਗਏ ਜੀ, ਅਕਾਲ ਪੁਰਖ ਮਿਹਰ ਕਰੇ,
ਤੇ ਬਹੁਤ ਜਲਦੀ ਇਹ ਚੀਜ਼ਾਂ ਐਮਪੀ ਬਾਰਡਰ ਵੀ ਹਟਣਗੇ ਤੇ ਮਤਲਬ ਈਜ਼ੀਲੀ ਆਪਾਂ ਇੱਕ ਦੂਜੇ ਮੁਲਕਾਂ 'ਚ ਜਾ ਕੇ ਕੰਮ ਕਰ ਸਕਦੇ ਹਾਂ। ਇੱਕ ਆਖਰੀ ਪੈਗਾਮ ਆਪਣੇ ਫੈਨਸ ਨੂੰ ਦੋਨਾਂ ਤਰਫ ਬਲਕਿ ਦੁਨੀਆ 'ਚ ਵਸਣ ਵਾਲੇ ਪੰਜਾਬੀਆਂ ਨੂੰ? ਬਸ ਜੀ ਸਾਰੇ ਪਿਆਰ ਨਾਲ ਰਹਿੰਦੇ ਆ ਤੇ ਇਦਾਂ ਹੀ ਬਾਬਾ ਮਿਹਰ ਕਰੇ, ਹਮੇਸ਼ਾ ਹੱਸਦੇ ਖੇਡਦੇ ਹੱਸਦੇ ਵੱਸਦੇ ਰਹਿਣ ਤੇ ਸੋਹਣੀਆਂ ਫਿਲਮਾਂ ਬਣਦੀਆਂ ਰਹਿਣ, ਐਂਟਰਟੇਨ ਹੁੰਦੇ ਰਹਿਣ, ਸੋਹਣੇ ਸ਼ੋਜ਼ ਲੱਗਦੇ ਰਹਿਣ, ਮੇਲੇ ਲੱਗਦੇ ਰਹਿਣ, ਹੱਸਦੇ ਵੱਸਦੇ ਰਹਿਣ ਸਾਡੇ ਪੰਜਾਬੀ। ਪਰੀ ਜੀ ਵੈਲਕਮ ਜੀ ਦੁਬਈ ਤੋਂ, ਔਰ ਫਸਟ ਆਫ ਆਲ ਕੈਸਾ ਲੱਗਾ ਫਸਟ ਫਿਲਮ ਤੁਹਾਡੀ ਐਜ਼ ਅ ਸਿੰਗਰ? ਤੁਸੀਂ ਬੜੇ ਅਰਸੇ ਤੋਂ, ਤੁਹਾਡੇ ਬੜੇ ਫੈਨਸ ਨੇ, ਕੈਸਾ ਲੱਗ ਰਿਹਾ ਤੁਹਾਡਾ ਡੈਬਿਊ? ਬਹੁਤ ਵਧੀਆ, ਮੇਰਾ ਡੈਬਿਊ ਬਹੁਤ ਵਧੀਆ ਰਿਹਾ ਕਿਉਂਕਿ ਇੱਕ ਤੇ ਮੇਰੀ ਫਸਟ ਸਿੰਗਿੰਗ ਮੂਵੀ ਹੈ ਨਾ, ਤੇ ਇੱਕ ਮੇਰਾ ਇੰਨੇ ਵਧੀਆ ਆਰਟਿਸਟ ਨਾਲ ਸੀਗੀ, ਬਾਕੀ ਵੀ ਸਾਰੇ ਬਹੁਤ ਵਧੀਆ ਸੀਗੇ ਜਿਵੇਂ ਨਾਸਿਰ ਸਰ ਹੋਏ ਤੇ ਠਾਕੁਰ ਸਰ ਹੋਏ, ਰਿਸ਼ੀ ਮੈਮ, ਨੂਰੀ ਮੈਮ, ਸਾਰੇ ਬਹੁਤ ਵਧੀਆ ਸੀਗੇ, ਮੇਰੇ ਤੋਂ ਸੀਨੀਅਰ ਸੀਗੇ ਸਾਰੇ, ਤੇ ਐਮੀ ਸਰ ਸੀਗੇ ਬਹੁਤ ਵਧੀਆ। ਉਹਨੇ ਐਮੀ ਸਰ ਵੀ ਸਾਨੂੰ ਦੱਸ ਰਹੇ ਸਨ ਕਿ ਪਰੀ ਜੀ ਤੇ ਹੱਸ ਹੱਸ ਕੇ ਜਿਹੜਾ ਇਹਦਾ ਸ਼ੂਟ ਦੇ ਦੌਰਾਨ ਕਿ ਕੈਮਿਸਟਰੀ ਕੈਸੀ ਰਹੀ ਖਾਰ ਠਾਕਰ ਨਾਲ, ਨਾਸਰ ਚਨਿਓਟੀ ਨਾਲ, ਉਹ ਉਹਨਾਂ ਦੀਆਂ ਜਿਹੜੀਆਂ ਜੁਗਤਾਂ ਔਰ ਉਹਨਾਂ ਦਾ ਜਿਹੜਾ ਫਨ ਸੀ ਸ਼ੂਟ ਦੇ ਦੌਰਾਨ, ਕਿਹਦਾ ਐਕਸਪੀਰੀਅੰਸ ਸੀ? ਬਹੁਤ ਹੀ ਵਧੀਆ, ਮੈਂ ਠਾਕੁਰ ਸਰ ਨਾਲ ਤਾਂ ਮੇਰਾ ਘੱਟ ਕੰਮ ਹੋਇਆ ਤੇ ਨਾਸਰ ਸਰ ਨਾਲ ਹੈਗਾ ਸੀਗਾ ਤੇ ਉਹ ਬਹੁਤ ਵਧੀਆ ਨੇ, ਬਹੁਤ ਵਧੀਆ ਸੁਭਾਅ ਉਹਨਾਂ ਦਾ, ਉਹਨਾਂ ਨਾਲ ਤੇ ਬਹੁਤ ਵਧੀਆ ਜਿੱਦਾਂ ਉਹ ਕਰਦੇ ਹੁੰਦੇ ਆ ਨਾ, ਤੇ ਜਿੱਦਾਂ ਮੈਂ ਖੜੀ ਹੋਣਾ ਕਿਤੇ ਉਹਨਾਂ ਨੇ ਕਹਿ ਦੇਣਾ ਫਨੀ, ਕਿਸ ਤਰ੍ਹਾਂ ਫਰਕ ਹੁਣ ਤੁਸੀਂ ਅੱਗੇ ਜਾ ਕੇ ਫਿਊਚਰ ਚ ਸਿੰਗਿੰਗ ਐਕਟਿੰਗ ਦੋਨਾਂ ਨੂੰ ਨਾਲ ਲੈ ਕੇ ਚਲੋਗੇ? ਓਹਦੇ ਵਿੱਚ ਇੱਕ ਭੈਣ ਭਾਈ ਦਾ ਤੇ ਦੋਸਤ ਦਾ ਪਿਓ ਧੀ ਦਾ ਰਿਸ਼ਤਾ ਦੱਸਿਆ ਗਿਆ ਤੇ ਤੁਸੀਂ ਜਿਹਨਾਂ ਜਿਹੜੇ ਹਾਲੇ ਤੱਕ ਨਹੀਂ ਦੇਖਣਗੇ ਫਿਲਮ ਉਹ ਵੀ ਦੇਖਣ ਜਾਓ, ਤੁਸੀਂ ਬਹੁਤ ਪਿਆਰ ਦਿੱਤਾ ਫਿਲਮ ਨੂੰ। ਥੈਂਕ ਯੂ।